ਅਸਲਾਮੁਅਲੈਕਮ ਦੋਸਤੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਆਪਣੀ ਏ 14 ਏਕੜ ਜ਼ਮੀਨ ਦਾ ਰਸਤਾ ਦਿਖਾਉਣ ਲੱਗਾ ਹਾਂ ਕਿਉਂਕਿ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜ਼ਮੀਨ ਦਾ ਰਸਤਾ ਆ ਵੇਖੋ ਦੋਸਤੋ ਇਹ ਹੈ ਜੇ ਲਿੰਕ ਰੋਡ ਇਹ ਲਿੰਕ ਰੋਡ ਭਰਾਵਾਂ ਦੇ ਸਾਹਮਣੇ ਇਸ ਸਾਈਡ ਤੇ ਸਾਹਮਣੇ ਮੇਨ ਰੋਡ ਸਿਰਫ 1000 ਫੁੱਟ ਫਾਸਲੇ ਤੇ ਯਾਦ ਰੱਖਣਾ ਦੋਸਤਾਨੇ ਕਿ ਸਾਹਮਣੇ ਸਿਰਫ 1000 ਫੁੱਟ ਫਾਸਲੇ ਤੇ ਡਬਲ ਮੇਨ ਰੋਡ ਤੇ ਵੇਖੋ ਇਹ ਸਾਹਮਣੇ ਆਬਾਦੀ ਯਾਨੀ ਕਿ ਆਬਾਦੀ ਦੇ ਅੰਦਰ ਆਪਣੀ ਜ਼ਮੀਨ ਹੈ ਆ ਵੇਖੋ ਇਹ ਪੱਕਾ ਰਸਤਾ ਮੈਂ ਦੋਸਤਾਂ ਨੂੰ ਦਿਖਾ ਰਿਹਾ ਨਾ ਤੇ ਪੱਕੇ ਰਸਤੇ ਤੋਂ ਅੰਦਰ ਸਾਹਮਣੇ ਵੇਖੋ ਇਹ ਕੱਚਾ ਰਸਤਾ ਜਾ ਰਿਹਾ ਹੈ ਇਹ ਸਾਹਮਣੇ ਆਬਾਦੀ ਇਸ ਜਗ੍ਹਾ ਤੂੰ ਯਾਨੀ ਕਿ ਇਸ ਪੱਕੇ ਰਸਤੇ ਤੋਂ ਇਹ ਸਾਹਮਣੇ ਆਪਾਂ ਕਰਨਾ ਹੈ ਸਫ਼ਰ ਪੈਦਲ ਸਿਰਫ ਚੰਦ ਕਦਮਾਂ ਦਾ ਯਾਨੀ ਕਿ 500 ਫੁੱਟ ਉਹ ਸਾਹਮਣੇ ਜਿੱਥੇ ਅੱਗੇ ਜਗਾ ਥੋੜੀ ਜਿਹੀ ਉੱਚੀ ਹੈਗੀ ਨਾ ਸਾਹਮਣੇ ਇੱਥੇ ਘਰ ਨਜ਼ਰ ਆ ਰਹੇ ਨੇ ਆ ਵੇਖੋ ਸਾਹਮਣੇ ਇੱਥੇ ਗੱਡੀ ਖੜੀ ਏ ਇਹ ਜੇ ਪੱਕਾ ਰਸਤਾ ਲਿੰਕ ਰੋਡ ਜਿੱਥੋਂ ਆਪਾਂ ਆਪਣੀ ਜ਼ਮੀਨ ਦੀ ਵੀਡੀਓ ਸ਼ੁਰੂ ਕੀਤੀ ਏ ਤੇ ਇਹ ਸਾਹਮਣੇ ਆਪਣੀ ਜ਼ਮੀਨ ਏ ਇਹ ਦੋਸਤਾਂ ਨੂੰ ਮੈਂ ਦਿਖਾ ਰਿਹਾ ਆਬਾਦੀ ਅੰਦਰ ਆਪਣੀ ਜ਼ਮੀਨ ਏ ਉਹ ਸਾਹਮਣੇ ਜਿੱਥੇ ਕਿ ਗਲੀ ਦੇ ਵਿੱਚ ਗੱਡੀਆਂ ਲੱਗੇ ਨੇ ਉਥੋਂ ਲਿੰਕ ਰੋਡ ਆਪਾਂ ਲਿੰਕ ਰੋਡ ਤੋਂ ਵੀਡੀਓ ਸ਼ੁਰੂ ਕੀਤੀ ਸੀ ਤੇ ਹੁਣ ਆਪਾਂ ਜ਼ਮੀਨ ਤੇ ਆ ਗਏ ਆ ਤੇ ਦੋਸਤੋ ਨੂੰ ਪਤਾ ਲੱਗ ਗਿਆ ਹੋਣਾ ਕਿ ਕਿੰਨਾ ਫਸਲਾ ਹੈਗਾ ਯਾਨੀ ਕਿ ਚੰਦ ਕਦਮ ਆਪਾਂ 500 ਫੁੱਟ ਕਹਿ ਸਕਨੇ ਆ ਕਿ ਪੱਕੇ ਰਸਤੇ ਤੋਂ ਆਪਾਂ 500 ਫੁੱਟ ਸਫਰ ਕਰਨਾ ਹੈ ਕੱਚੇ ਰਸਤੇ ਤੇ ਆਬਾਦੀ ਦੇ ਅੰਦਰ ਆਪਣੀ ਜ਼ਮੀਨ ਹੈ ਇਹ ਮਕਾਨ ਬਣੇ ਹੋਏ ਨੇ ਫਰੰਟ ਤੇ ਵੇਖੋ ਸਾਹਮਣੇ ਇਹ ਆਪਣੀ ਜ਼ਮੀਨ ਦਾ ਫਰੰਟ ਹੈਗਾ ਜੇ ਸਾਰਾ ਆਪਣੀ ਇਹ 14 ਏਕੜ ਜ਼ਮੀਨ ਦਾ ਫਰਾਂਟ ਇਹ 14 ਏਕੜ ਜ਼ਮੀਨ ਆਪਾਂ ਦੋਸਤਾਂ ਨੂੰ ਵਹਾਈਏ ਦੋਨਾ ਆਪਾਂ ਆ ਗਏ ਆ ਮੇਨ ਰੋਡ ਤੇ ਇਹ ਡਬਲ ਇਹ ਮੇਨ ਰੋਡ ਭਰਾਵਾਂ ਦੇ ਸਾਹਮਣੇ ਉਹ ਸਾਹਮਣੇ ਜਿੱਥੇ ਕਿ ਇਹ ਮਕਾਨ ਹੈਗਾ ਇੱਥੋਂ ਜਾਂਦਾ ਪੱਕਾ ਰਸਤਾ ਲਿੰਕ ਰੋਡ ਜਿਹੜੇ ਲਿੰਕ ਰੋਡ ਤੇ ਆਪਾਂ ਖੜੋ ਕੇ ਵੀਡੀਓ ਸ਼ੁਰੂ ਕੀਤੀ ਸੀ ਯਾਨੀ ਕਿ ਆਪਾਂ ਦੋਸਤਾਂ ਨੂੰ ਚੀਜ਼ ਉਹਖਾਣੇ ਤਸੱਲੀ ਨਾਲ 14 ਏਕੜ ਜ਼ਮੀਨ ਆਪਾਂ ਦੋਸਤਾਂ ਨੂੰ ਵਹਾਈਆਂ ਆਏ ਨਾ ਇਸ ਸਮਨੇ ਮੈ ਜ਼ੂਮ ਕਰਨਾ ਵੇਖੋ ਦੋਸਤੋ ਉਹ ਦਰਖਤ ਨਜ਼ਰ ਆਏ ਹੋਣਗੇ ਇੱਥੇ ਆਪਣੀ ਜ਼ਮੀਨ ਹੈਗੀ 12 ਏਕੜ ਜਿਹੜੀ 14 ਏਕੜ ਜ਼ਮੀਨ ਮੇ ਦੋਸਤਾਂ ਨੂੰ ਮੌਕੇ ਤੇ ਜਾ ਕੇ ਵਹਾ ਕੇ ਲਿਆ ਆ ਤੇ ਹੁਣ ਆਪਾਂ ਆ ਗਏ ਆ ਮੇਨ ਰੋਡ ਤੇ ਇਹ ਡਬਲ ਮੇਨ ਰੋਡ ਪਰਾਵਾਂ ਦੇ ਸਾਹਮਣੇ ਤੇ ਮੈਂ ਗੱਲ ਕੀਤੀ ਸੀ ਕਿ 1000 ਫੁੱਟ ਫਾਸਲਾ ਹੈ ਆਪਣੀ ਜ਼ਮੀਨ ਤੱਕ ਮੇਨ ਰੋਡ ਦਾ ਉਹ ਸਾਹਮਣੇ ਮੈਂ ਫਿਰ ਜ਼ੂਮ ਕੀਤੀ ਹੈ ਨਾ ਇਹ ਦਰਖਤ ਇਹ ਜੀ ਆਪਣੀ ਜ਼ਮੀਨ ਤੁਸੀਂ ਮੌਕੇ ਤੇ ਆਉਂਗੇ ਆਪਣੀ ਜ਼ਮੀਨ ਦੇ ਅੰਦਰ ਗੰਦਮ ਦੀ ਫਸਲ ਦੋਸਤਾਂ ਨੂੰ ਮੌਕੇ ਤੇ ਮਿਲੇਗੀ ਕਿਉਂਕਿ ਜ਼ਮੀਨ ਦੀ ਸਭ ਤੋਂ ਖਾਸ ਗੱਲ ਹੁੰਦੀ ਲੋਕੇਸ਼ਨ ਇਸ ਜ਼ਮੀਨ ਦਾ ਰਸਤਾ ਇਹ ਦਾ ਸਭ ਤੋਂ ਪਹਿਲੇ ਤੇ ਸਭ ਤੋਂ ਜ਼ਰੂਰੀ ਮੈਂ ਫਿਰ ਵੀ ਦੋਸਤਾਂ ਨੂੰ ਦੁਬਾਰਾ ਫਿਰ ਦੱਸ ਦਰਨਾ ਮੈਂ ਮੌਕੇ ਤੇ ਆ ਗਿਆ ਜਿੱਥੇ ਆਪਣੀ ਜ਼ਮੀਨ ਹੈਗੀ ਹੈ ਆਪਾਂ ਚਕਵਾਲ ਸੁਆਵਾ ਮੇਨ ਰੋਡ ਤੋਂ 1000 ਫੁੱਟ ਸਫਰ ਕਰਨਾ ਹੈ ਲਿੰਕ ਰੋਡ ਤੇ ਯਾਨੀ ਕਿ ਪੱਕੇ ਰਸਤੇ ਤੇ ਉਸ ਪੱਕੇ ਰਸਤੇ ਤੋਂ ਯਾਨੀ ਕਿ ਲਿੰਕ ਰੋਡ ਤੋਂ ਆਪਾਂ 500 ਫੁੱਟ ਜਿਹੜਾ ਕਿ ਆਪਾਂ ਜਾਣਾ ਏ ਕੱਚੇ ਰਸਤੇ ਤੇ ਆਬਾਦੀ ਦੇ ਅੰਦਰ ਆਪਣੀ ਜ਼ਮੀਨ ਹੈ ਬਿਜਲੀ ਮੌਕੇ ਤੇ ਮੌਜੂਦ ਹੈ ਹਰ ਇੱਕ ਚੀਜ਼ ਦੀ ਸਹੂਲਤ ਮੌਕੇ ਤੇ ਮੌਜੂਦ ਹੈ ਯਾਨੀ ਕਿ ਇੰਤਖਾਈ ਕਮ ਕੀਮਤ ਵਿੱਚ ਆਪਾਂ ਨੂੰ ਇਨਸ਼ਾਅੱਲਾ ਇੱਕ ਏਸੀ ਜ਼ਮੀਨ ਮਿਲਦੀ ਪਈਏ ਜਿਹੜੀ ਆਪਾਂ ਕਿਸੇ ਵੀ ਲਿਹਾਜ਼ ਨਾਲ ਇਸਤੇਮਾਲ ਕਰ ਸਕਨੇ ਆ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕਰ ਸਕਨੇ ਆ ਯਾਨੀ ਕਿ ਟਾਊਨ ਕਲੋਨੀ ਵਗੈਰਾ ਪਲਾਟ ਕਟਿੰਗ ਵਾਸਤੇ ਬਹੁਤ ਹੀ ਇੱਕ ਖਾਸ ਮੌਕਾ ਜੀ ਦੋਸਤੋ ਆਪਣੀ ਜ਼ਮੀਨ ਦੇ ਵਿੱਚ ਗੱਲ ਇੱਕ ਹੋਰ ਬੜੀ ਖਾਸ ਹੈ ਜੀ ਉਹ ਗੱਲ ਕਿਹੜੀ ਹੈ ਇਹ ਜ਼ਮੀਨ ਹੈ 14 ਏਕੜ ਯਾਨੀ ਕਿ ਦੋ ਮਾਲਕ এ ਜ਼ਮੀਨ ਦੇ ਨੇ ਆਪਾਂ ਇਹਦੇ ਵਿੱਚੋਂ 7 ਏਕੜ ਜ਼ਮੀਨ ਲੈ ਸਕਨੇ ਆ ਆਪਾਂ 14 ਏਕੜ ਵੀ ਲੈ ਸਕਨੇ ਆ ਕਿਉਂਕਿ ਦੋ ਪਾਈ ਨੇ ਦੋ ਪਾਈਆਂ ਦੇ ਨਾਂ ਤੇ ਇਹ ਜ਼ਮੀਨ ਹੈਗੀ ਜੇ 14 ਏਕੜ ਭਰਾਵਾਂ ਦੇ ਸਾਹਮਣੇ ਬਿਜਲੀ ਤੇ ਬੇਸ਼ੁਮਾਰ ਪਾਣੀ ਦੋਸਤੋ ਮੌਕੇ ਤੇ ਮੌਜੂਦ ਹੈ نیچے ਦੋਸਤਾਂ ਨੂੰ 80 ਫੁੱਟ ਤੇ ਸ਼ਰਤਿਆਂ ਮਿੱਠਾ ਪਾਣੀ ਤੇ ਬੇਸ਼ੁਮਾਰ ਪਾਣੀ ਮਿਲੇਗਾ ਕਿ ਇਹ ਨਹੀਂ ਕਿ ਖਾਲੀ ਮਿੱਠਾ ਪਾਣੀ ਮਿਲੇਗਾ ਦੋਸਤੋ 80 ਫੁੱਟ ਤੇ ਪਾਣੀ ਮਿਠਾ ਵੀ ਮਿਲੇਗਾ ਤੇ ਬੇਸ਼ੁਮਾਰ ਪਾਣੀ ਵੀ ਮਿਲੇਗਾ ਦੋਸਤੋ ਇਹ ਤਹਿਸੀਲੋ ਜ਼िला ਚਕਵਾਲ ਦਾ ਇਲਾਕਾ ਈ ਹੈ ਜ਼िला ਵੀ ਚਕਵਾਲ ਤਹਿਸੀਲ ਵੀ ਚਕਵਾਲ ਤਹਿਸੀਲੋ ਜ਼िला ਚਕਵਾਲ ਚਕਵਾਲ ਸੁਆਵਾ ਡਬਲ ਰੋਡ ਯਾਨੀ ਕਿ ਮੇਨ ਰੋਡ ਆਪਾਂ ਦੋਸਤਾਂ ਨੂੰ ਦਿਖਾ ਚੁੱਕੇ ਆ ਤੇ ਉਸ ਮੇਨ ਰੋਡ ਤੋਂ 1000 ਫੁੱਟ ਫਾਸਲਾ ਜੇ ਜਿਵੇਂ ਕਿ ਮੇਰੇ ਦੋਸਤਾਂ ਨੂੰ ਪਤਾ ਹੈ ਚਕਵਾਲ ਵਾਲੀ ਸਾਈਡ ਤੇ ਯਾਨੀ ਕਿ ਚਕਵਾਲ ਸੁਆਵਾ ਇਹ ਜ਼ਿਲਮ کئی ਇਲਾਕੇ ਐਸੇ ਗੰਜ ਤੇ ਗਿਣਤੀ ਹੁੰਦੀ ਕਨਾਲ ਦੇ ਹਿਸਾਬ ਨਾਲ ਲਿਆਜ਼ਾ ਇਹ ਆਪਣੇ ਕੋਲੇ 100 ਤੇ 12 ਕਨਾਲ ਜ਼ਮੀਨ ਹੈ 112 ਕਨਾਲ ਜ਼ਮੀਨ ਹੈ ਤੇ ਏਕੜ ਦੇ ਵਿੱਚ ਬਣਦੀ ਪਈ ਏ 14 ਏਕੜ ਸਾਹਮਣੇ ਸਕਰੀਨ ਤੇ ਦੋਸਤਾਂ ਨੂੰ ਹਾਜੀ ਅਰਫਾਨ ਅਬਾਦ ਸਾਹਿਬ ਦੇ ਦੋਵੇਂ ਨੰਬਰ ਮਿਲ ਗਏ ਹੋਣਗੇ ਕਿਸੇ ਦੋਸਤ ਨੂੰ ਗੱਲ ਕਰਨੀ ਹੋਵੇ ਮੇਰੇ ਨਾਲ ਮੇਰੇ ਦੋਸਤਾਂ ਨੂੰ ਹਰ ਮੂਵੀ ਦੇ ਵਿੱਚ ਇਹ ਗੱਲ ਕਰਦਾ ਹੁੰਨਾ ਕਿ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਕਿਸੇ ਦੋਸਤ ਨੂੰ ਡਿਸਕ੍ਰਿਪਸ਼ਨ ਦਾ ਪਤਾ ਨਾ ਲੱਗੇ ਤੁਸੀਂ ਕਮੈਂਟ ਕਰਕੇ ਮੇਰਾ ਨੰਬਰ ਲੈ ਸਕਦੇ ਜੀ ਜਾਂ ਫਿਰ ਹਾਜੀ ਅਰਫਾਨ ਅਬਾਦ ਸਾਹਿਬ ਦੇ ਜ਼ਰੀਏ ਵੀ ਤੁਸੀਂ ਮੇਰਾ ਨੰਬਰ ਲੈ ਸਕਦੇ ਜੀ ਕਿਉਂਕਿ ਇਹ ਵੀ ਤੁਹਾਡੇ ਦੋਸਤਾਂ ਦੀ ਸਹੂਲਤ ਵਾਸਤੇ ਮੇਰਾ WhatsApp ਨੰਬਰ ਹੈ ਤਾਂ ਕਿ ਦੋਸਤਾਂ ਦਾ ਜਿਹੜਾ ਕਿ ਰابطੇ ਦੇ ਵਿੱਚ ਆਸਾਨੀ ਹੋਵੇ ਤੁਸੀਂ WhatsApp ਤੇ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਰਿਸਪਲਾਈ ਮਿਲੇਗੀ ਤੇ ਹਾਜੀ ਅਰਫਾਨ ਅਬਾਸ ਸਾਹਿਬ ਦੇ ਦੋਵੇਂ ਨੰਬਰ ਤੁਹਾਡੇ ਸਾਹਮਣੇ ਤੁਸੀਂ ਆਪਣੇ ਤਰੀਕੇ ਨਾਲ ਜਿਵੇਂ ਤੁਹਾਨੂੰ ਆਸਾਨੀ ਲੱਗੇ ਕਾਲ ਦੇ ਜ਼ਰੀਏ ਜਾਂ ਫਿਰ WhatsApp ਦੇ ਜ਼ਰੀਏ ਤੁਸੀਂ ਰਾਬਤਾ ਕਰ ਸਕਦੇ ਜੀ ਤੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ فی ਏਕੜ ਦੇ ਹਿਸਾਬ ਨਾਲ 24 ਲੱਖ ਰੁਪਇਆ ਦੋਸਤੋ 24 24 24 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਦੀ ਡਿਮਾਂਡ ਹੈ ਤੇ 3 ਲੱਖ ਰੁਪਇਆ ਫੀ ਕਨਾਲ ਦੇ ਹਿਸਾਬ ਨਾਲ ਇਹ ਜ਼ਮੀਨ ਦੀ ਡਿਮਾਂਡ ਹੈ ਦੋਸਤੋ ਨੇ ਜ਼ਮੀਨ ਦੀ ਲੋਕੇਸ਼ਨ ਚੈੱਕ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਜ਼ਮੀਨ ਦੀ ਕੀਮਤ ਚੈੱਕ ਕਰ ਲੈਣੀ ਹੈ ਅੱਲਾ ਦਾ ਸ਼ੁਕਰ ਹੈ ਆਪਣਾ ਕੰਮ ਇੱਕ ਨੰਬਰ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਹੋ ਜ਼ਮੀਨ ਮੌਕੇ ਤੇ ਮਿਲੇਗੀ ਤੇ ਤੁਹਾਡੀ ਮੁਲਾਕਾਤ ਹੋਵੇਗੀ ਡਰੈਕ ਮਾਲਕ ਨਾਲ ਤੇ ਸਭ ਤੋਂ ਵੱਡੀ ਗੱਲ ਹਲਕੇ ਫੁਲਕੇ ਬਿਆਨੇ ਤੇ ਦੋਸਤਾਂ ਨੂੰ ਮਿਲੇਗਾ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਹਲਕੇ ਫੁਲਕੇ ਬਿਆਨੇ ਤੇ ਦੋਸਤਾਂ ਨੂੰ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜਾਏਗਾ ਦੋਸਤੋ ਰਜਿਸਟਰੀ ਇੰਤਕਾਲ ਸ਼ੁਦਾ ਕੰਪਿਊਟਰਾਈਜ਼ ਰਿਕਾਰਡ ਸ਼ੁਦਾ ਇਹ ਆਪਣੇ ਕੋਲੇ ਮੌਕਾ ਹੈਗਾ ਜੀ ਇਨਸ਼ਾਅੱਲਾ ਤਾਲਾ ਬਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ Allah, hafiz.